ਜੀ ਤੁਹਾਡੇ ਪਾਣੀ ਦਾ ਪਿੰਡਾਂ ਲੈਵਲ ਵਿੱਚ? ਸਾਰਿਆਂ ਦਾ ਡਾਊਨ ਹੈ ਜੀ, ਟਿਊਬਵੈਲ ਦਾ, ਬੋਰ ਦਾ, ਮੋਟਰਾਂ ਦਾ, ਖੂਹਾਂ ਦਾ। ਇਹ 70 ਫੁੱਟ ਤਾਈਂ ਦਾ ਬੈਨ ਕਰ ਦਿੱਤੀ ਪਾਣੀ ਦਾ ਲੈਵਲ। ਸਾਡੇ ਜਿਹੜੇ ਬੋਰ ਆ ਉਹ 40-40 ਫੁੱਟ ਦੇ ਚੱਲਦੇ ਤੇ, ਹੁਣ ਤਾਂ ਸੁੱਕ ਚੁੱਕੇ ਆ, ਦੁਬਾਰਾ ਨਵੇਂ ਕਰਾਓਗੇ ਤਾਂ ਹੀ ਕੰਮ ਚੱਲੂਗਾ। ਮੋਟਰਾਂ ਦਾ ਪਾਣੀ ਚੱਕਦੀਆਂ, ਇਸ ਕਰਕੇ ਇਹ ਮਾਈਨਿੰਗ ਰੋਕੀ ਜਾਵੇ। ਬੰਨ ਦਾ ਖਤਰਾ ਰਹਿੰਦਾ ਟੁੱਟਣ ਦਾ, ਰਾਤ ਨੂੰ ਕੋਈ ਆਉਂਦੇ ਆ ਮਾਰ, ਗੱਡੀਆਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ। ਉਹ ਜਿਹੜੇ ਗੱਡੀਆਂ ਦੇ ਨਾਲ ਕੁਛ ਬੰਦੇ ਇਹੋ ਜਿਹੇ ਆ, ਉਹ ਨਸ਼ਿਆਂ ਕਰਦੇ ਆ, ਨਸ਼ਿਆਂ ਦੇ ਨਾਲ ਲੋਕਾਂ ਦੀ ਬਰਬਾਦੀ ਹੋ ਰਹੀ ਆ। ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਕੰਮ ਨੂੰ ਰੋਕਿਆ ਜਾਵੇ, ਕਿਤੇ ਉੱਧਰ ਜਾ ਕੇ ਖੱਡਾਂ ਖੁੱਡਾਂ ਰੋਕ ਲੈਣ ਜਾ ਕੇ। ਪੰਜਾਬ ਵਿੱਚ ਰਸਦੀ ਆ ਹੈ ਕਿ ਪੰਜਾਬ ਸਰਕਾਰ ਪੰਜਾਬ ਦਾ ਖਜ਼ਾਨਾ ਲੁੱਟਦੀ ਪਈ ਹੈ, ਔਰ ਲੁੱਟਣ ਵਿੱਚ ਉਹਨਾਂ ਦੀ ਮਦਦ ਕਰਦਾ ਪਿਆ ਪੰਜਾਬ ਦਾ ਪ੍ਰਸ਼ਾਸਨ। ਜਿਹੜੇ ਆ ਬਦਲਾਵ ਦੇ ਨਾਮ ਤੇ ਆਏ ਸੀਗੇ ਕਿ ਅਸੀਂ ਕੁਛ ਚੇਂਜ ਲੈ ਕੇ ਆਵਾਂਗੇ, ਲੋਕਾਂ ਦੇ ਭਲੇ ਦੇ ਕੰਮ ਕਰਾਂਗੇ, ਕੁਛ ਕਰਾਂਗੇ, ਤੁਸੀਂ ਦੇਖੋ ਕਿ ਅਗਰ ਕੰਮ ਕੋਈ ਚੋਰੀ ਦੇ ਅੱਗੇ ਰਾਤ ਨੂੰ ਲੋਕੇ ਹੁੰਦੇ ਸੀ, ਹੁਣ ਚੋਰੀ ਤੇ ਸੀਨਾ ਚੋਰੀ ਆ ਇਕੱਠਾ ਹੋ ਕੇ ਚੱਲ ਪਿਆ। ਕਿੰਨੇ ਅਫਸੋਸ ਦੀ ਗੱਲ ਹੈ ਕਿ ਅਗਰ ਕੋਈ ਇਲੀਗਲ ਮਾਈਨਿੰਗ ਬੰਦ ਕਰਿਆ ਚਾਹੁੰਦਾ ਉਹਨੂੰ ਪ੍ਰਸ਼ਾਸਨ ਵੱਲੋਂ ਧਮਕੀਆਂ ਆਉਂਦੀਆਂ ਪਈਆਂ, ਤੇ ਇਹਨਾਂ ਨੂੰ ਤੁਸੀਂ ਅੱਜ ਦੇ ਦਿਨ ਪ੍ਰਸ਼ਾਸਨ ਨਾ ਸਮਝੋ ਕਿ ਆ ਪੰਜਾਬ ਦਾ ਪ੍ਰਸ਼ਾਸਨ ਨਹੀਂ ਹੈਗਾ, ਵਰਦੀ ਵਿੱਚ ਕੁਛ ਗੁੰਡੇ ਆ ਜਿਹੜੇ ਇੱਦਾਂ ਦੀਆਂ ਧਮਕੀਆਂ ਦਿੰਦੇ ਪਏ। ਮੈਂ ਸਾਰੇ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਇਸ ਚੀਜ਼ ਦੀ ਚੇਤਾਵਨੀ ਦੇਣਾ ਦਿੰਦਾ ਕਿ ਤੁਸੀਂ ਪਹਿਲਾਂ ਤਾਂ ਧਮਕੀਆਂ ਦੇਣੀਆਂ ਬੰਦ ਕਰ ਦਿਓ। ਅਗਰ ਤੁਹਾਨੂੰ ਪਰਚਿਆਂ ਦਾ ਇੰਨਾ ਹੀ ਸ਼ੌਂਕ ਹੈ, ਪਹਿਲਾ ਪਰਚਾ ਤੁਸੀਂ ਅਜੇ ਮੰਗੂ ਪਰਤੋ ਦਿਓ, ਉਸ ਤੋਂ ਬਾਅਦ ਦੇਖਾਂਗੇ ਤੁਸੀਂ ਹੋਰ ਕਿੱਥੇ ਨੂੰ ਜਾਂਦੇ ਆ। ਇਲੀਗਲ ਮਾਈਨਿੰਗ ਨਾ ਅਸੀਂ ਚੱਲਣ ਦੇਣੀ ਹੈ। ਅੱਜ ਦੇ ਦਿਨ ਰੈਲ ਮਾਜਰੇ ਦੇ, ਬਣੇ ਦੇ, ਟੌਂਸੇ ਦੇ, ਭੋਲੇਆਲ ਦੇ ਜਿਹੜੇ ਸਾਡੇ ਕਿਸਾਨ ਵੀਰ ਆ ਉਹ ਇਕੱਠੇ ਹੋਏ ਵੀ ਆ। 70 ਸਾਲ ਬਾਅਦ ਖੂਹ ਸੁੱਕ ਗਏ, ਬੋਰ ਸੁੱਕ ਗਏ, ਜ਼ਮੀਨਾਂ ਤਬਾਹ ਹੋ ਗਈਆਂ, ਬੱਚੇ ਇਹਨਾਂ ਨੇ ਨਸ਼ੇ ਤੇ ਲਾ ਤੇ, ਜਿਹੜਾ ਸਰਕਾਰੀ ਖਜ਼ਾਨੇ ਵਿੱਚ ਪੈਸਾ ਆਉਣਾ ਚਾਹੀਦਾ ਸੀ ਉਹ ਇਹਨਾਂ ਦੀ ਜੇਬਾਂ ਵਿੱਚ ਜਾਂਦਾ ਪਿਆ। ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹਦੇ ਖਿਲਾਫ ਇੱਕ ਸੰਘਰਸ਼ ਛੇੜਨਾ ਪੈਣਾ। ਔਰ ਜਿੱਥੇ ਅਸੀਂ ਕਹਿੰਦੇ ਹਾਂ ਕਿ ਨਹੀਂ ਜੀ ਸਰਕਾਰ ਜ਼ੋਰ ਲਾਉਣ ਲੱਗੀ ਹੋਈ, ਬੰਦ ਕਰਨ ਲੱਗੀ ਹੈ, ਹਾਈਟੈਕ ਇਹਨਾਂ ਦੇ ਨਾਕੇ ਹੈਗੇ, ਉੱਥੇ ਇਹਨਾਂ ਦੇ ਕੈਮਰੇ ਲੱਗੇ ਹੋਏ ਆ, ਉੱਥੇ ਜਾ ਕੇ ਮੈਂ SSP ਸਾਹਿਬ ਨੂੰ, ਜ਼ਿਲ੍ਹਾ ਪ੍ਰਸ਼ਾਸਨ ਨੂੰ ਤਾਂ ਨਹੀਂ, ਹੁਣ ਤਾਂ DGP ਪੰਜਾਬ ਨੂੰ ਬੇਨਤੀ ਕਰਦਾ ਕਿ ਹਾਈਟੈਕ ਨਾਕੇ ਜਿਹੜੇ ਲੱਗੇ ਹੋਏ ਆ ਉਹਨਾਂ ਕੈਮਰਿਆਂ ਦੀ ਤੁਸੀਂ ਰਿਕਾਰਡਿੰਗ ਚੈੱਕ ਕਰਾ ਲਓ। ਅਗਰ DGP ਸਾਹਿਬ ਤੁਸੀਂ ਨਹੀਂ ਸੁਣਨੀ ਤਾਂ ਫਿਰ ਅਸੀਂ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਜਾ ਕੇ ਬਾਰਡਰ ਤੇ ਜਾ ਕੇ ਚੈੱਕ ਕਰਨ ਜਾਂਦੇ ਕਿਤੇ ਨਸ਼ਾ ਵਿਕਦਾ ਕਿਤੇ ਕੁਛ ਹੁੰਦਾ, ਜਿਹੜੀ ਉਹ ਚੈਕਿੰਗ ਆ ਉਹ ਕਿਤੇ ਨਾ ਕਹਿ ਕੇ ਆ ਕੇ ਅੱਧਰ ਦੇ ਇਲਾਕਿਆਂ ਤੇ ਵੀ ਕਰੋ ਕਿ ਤੁਹਾਡੀ ਲੋੜ ਹੈਗੀ, ਤੁਸੀਂ ਆ ਕੇ ਇੱਥੇ ਚੈੱਕ ਕਰੋ, ਜਗ੍ਹਾ ਜਗ੍ਹਾ ਤੇ ਕੈਮਰੇ ਲੱਗੇ, ਤੁਹਾਨੂੰ ਪਤਾ ਲੱਗ ਜਾਊਗਾ ਜਿਹੜੀ ਇਲੀਗਲ ਮਾਈਨਿੰਗ ਆ ਉਹ ਕਿੱਦਾਂ ਚੱਲਦੀ ਪਈ ਆ, ਕਿੱਦਾਂ ਇਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਲੋਕਲ ਪ੍ਰਸ਼ਾਸਨ, ਸਾਰਾ ਸਰਕਾਰ ਦੇ ਨਾਲ ਰਲ ਕੇ ਆ ਸਾਰੇ ਕੰਮ ਕਰਨ ਲੱਗਾ ਹੋਇਆ। ਦੇਖੋ ਆ ਸਮਾਂ ਇੱਦਾਂ ਦਾ ਮੈਨੂੰ ਲੱਗਦਾ ਕਿ ਜਿਹੜਾ ਉੱਪਰ ਹੈਲੀਕਾਪਟਰ ਜਾਂਦਾ ਵੀ CM ਭਗਵੰਤ ਮਾਨ ਜੀ ਦਾ ਜਾ ਰਿਹਾ। ਭਗਵੰਤ ਮਾਨ ਜੀ ਥੋੜਾ ਥੱਲੇ ਨੂੰ ਦੇਖ ਲਓ, ਬੜਾ ਚੌਰ ਵਿੱਚ ਜਿਹੜਾ ਇਲੀਗਲ ਮਾਈਨਿੰਗ ਦਾ ਅੱਜ ਦੇ ਦਿਨ ਤੁਹਾਡੀ ਸਰਕਾਰ, ਤੁਹਾਡੇ ਮਿਨਿਸਟਰ ਰਲ ਕੇ ਜਿਹੜਾ ਹੈਗਾ ਉਹਨਾਂ ਨੇ ਹੜ ਚਲਾਇਆ ਹੋਇਆ, ਜਿਹੜਾ ਤੁਸੀਂ ਕਹਿੰਦੇ ਆ ਕਿ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰੋ, ਆ ਤੁਹਾਡੀ ਇੰਨੀ ਦੂਰ ਤੋਂ ਅਗਰ ਤੁਹਾਨੂੰ ਦੇਖਦਾ ਤਾਂ ਫੇਰੀ ਮਾਰ ਜਾਓ, ਤੁਸੀਂ ਦੇਖ ਜਾਓ ਕਿ ਇਲੀਗਲ ਮਾਈਨਿੰਗ ਨੇ ਕਿੱਦਾਂ ਸਾਡੇ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਉਜਾੜ ਕੇ ਰੱਖ ਦਿੱਤੀ। ਨਸ਼ੇ ਦਾ ਮਾੜਾ ਹਾਲ ਹੈ, ਸਰਕਾਰ ਡਰਾਉਂਦੀ ਪਈ ਹੈ, ਪਰ ਅਸੀਂ ਲੋਕਾਂ ਦੇ ਨਾਲ ਖੜੇ। ਔਰ ਮੈਂ ਤੁਹਾਨੂੰ ਯਕੀਨ ਦਵਾਉਂਦਾ ਕਿ ਜਦ ਵੀ ਸਾਡੇ ਲੋਕਾਂ ਨੂੰ ਲੋੜ ਪਾਊਗੀ, ਚਾਹੇ ਰਾਤ ਨੂੰ ਯਾਦ ਕਰਨ ਚਾਹੇ ਦਿਨ ਨੂੰ ਯਾਦ ਕਰਨ, ਸਮੂਹ ਕਾਂਗਰਸ ਪਾਰਟੀ ਅਜੇ ਮੰਗੂ ਪਰ ਇਹਨਾਂ ਦੇ ਨਾਲ ਅਗਰ ਸਾਨੂੰ ਲੋੜ ਪਾਊਗੀ ਅਸੀਂ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਨੂੰ ਵੀ ਇੱਥੇ ਲਿਆ ਕੇ ਖੜਾ ਕਰਾਂਗੇ, ਪਰ ਆਪਣੇ ਲੋਕਾਂ ਨੂੰ ਇੱਦਾਂ ਦੀ ਸਮੱਸਿਆ ਨਹੀਂ ਆਉਣ ਦਊਂਗੇ ਜਿਹੜੇ ਆ 2 ਨੰਬਰ ਦੇ ਕੰਮ ਚੱਲਦੇ ਪਏ ਆ, ਬੰਦ ਕਰਾ ਕੇ ਛੱਡਾਂਗੇ। ਜਿਹਨੇ ਜੋ ਕਹਿਣਾ ਜੋ ਧਮਕੀਆਂ ਦੇਣ ਦੇ ਦੇਣ, ਔਰ ਕਿਸੇ ਨਾਲ ਆ ਕੇ ਜ਼ਿਆਦਾ ਕਿਸੇ ਨੂੰ ਲੱਗਦਾ ਕਿ ਉਹ ਧਮਕੀਆਂ ਦੇਣਾ ਚਾਹੁੰਦੇ ਜਾਂ ਪਰਚੇ ਕਿਆ ਚਾਹੁੰਦੇ ਆ, ਤਾਂ ਅਜੇ ਮੰਗੂ ਪਰ ਤਿਆਗ ਕੇ ਕਰੋ ਜੋ ਵੀ ਕਾਰਵਾਈ ਕਰ।